ਝੋਨੇ ਦੀ ਬਿਜਾਈ ਨੂੰ ਲੈ ਕੇ ਸਰਕਾਰ ਵੱਲੋਂ ਬੇਸ਼ੱਕ 20 ਜੂਨ ਦੀ ਤਾਰੀਖ ਮੁਕਰਰ ਕੀਤੀ ਗਈ ਹੈ, ਪਰ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਸ਼ੁਰੂ ਕਰਕੇ ਪਾਵਰ ਕੰਮ ਤੋਂ 16 ਘੰਟੇ ਬਿਜਲੀ ਸਪਲਾਈ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਮਾਨਸਾ ਵਿਖੇ ਪਾਵਰ ਕੌਮ ਦੇ ਐਕਸ਼ਨ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਲਗਾਤਾਰ ਸਰਕਾਰ ਕੋਲ ਮੰਗ ਕਰਦੇ ਆ ਰਹੇ ਕਿ 16 ਘੰਟੇ ਝੋਨੇ ਦੇ ਸੀਜ਼ਨ 'ਚ ਜਿਹੜੀ ਲੈਟ ਦੇਣ ਦਾ ਪ੍ਰਬੰਧ ਕਰੇ ਸਰਕਾਰ। ਸਾਡੀ 16 ਘੰਟੇ ਵਾਲੀ ਮੰਗ ਸਰਕਾਰ ਵਿੱਚ ਹੀ ਰੱਖੀ ਬੈਠੀ ਹੈ, ਪਰ ਸਰਕਾਰ ਵੱਲੋਂ ਆਪਦੇ ਜਿਹੜੇ ਨੀਤੀ ਮੁਤਾਬਕ ਝੋਨੇ ਦੇ ਸੀਜ਼ਨ ਦੇ ਵਿੱਚ 8 ਘੰਟੇ ਲਾਈਟ ਦੇ ਰਹੀ ਹੈ ਸਰਕਾਰ, ਪਰ ਐਤਕੀ ਦੇ ਸੀਜ਼ਨ ਦੇ ਵਿੱਚ ਉਹ ਲਾਈਟ ਵੀ ਬੰਦ ਹੈ। ਘੰਟਾ ਡੇਢ ਘੰਟਾ ਲਾਈਟ ਮੋਟਰਾਂ ਲਈ ਸਪਲਾਈ ਹੁੰਦੀ ਹੈ, ਅਤੇ ਝੋਨਾ ਲਾਉਣ 'ਤੇ ਜਿਹੜੀ 20 ਤਰੀਕ ਤੱਕ ਪਾਬੰਦੀ ਲਾਈ ਹੈ ਉਹਦਾ ਕਰਕੇ ਜਿਹੜੀ ਲਾਈਟ ਬੰਦ ਕੀਤੀ ਹੋਈ ਹੈ। ਅਸੀਂ ਝੋਨਾ ਲਾਉਣਾ ਸ਼ੁਰੂ ਕਰਤਾ ਕਿਸਾਨਾਂ ਨੇ, ਕਿਉਂਕਿ ਵਸੇਤਾ ਝੋਨਾ ਕਿਸਾਨਾਂ ਲਈ ਸਰਕਾਰ ਲਈ ਦਿੱਕਤਾਂ ਖੜੀਆਂ ਕਰੂਗਾ। ਇਸ ਲਈ 11 ਜੂਨ ਤੋਂ ਝੋਨਾ ਲਾਉਣਾ ਸ਼ੁਰੂ ਕੀਤਾ ਹੈ। 10 ਜੂਨ ਤੋਂ 11 ਤੋਂ ਧਰਨਾ ਜਿਹੜਾ ਸਾਡਾ ਜਾਰੀ ਹੈ, ਅੱਜ ਦੂਜਾ ਦਿਨ ਹੋ ਗਿਆ। ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਆ ਕੇ ਸਾਡੀ ਬਾਤ ਨਹੀਂ ਪੁੱਛੀ, ਔਰ ਸਾਡਾ ਅੰਦੋਲਨ ਉਨ੍ਹਾਂ ਚਿਰ ਜਾਰੀ ਰਹੂਗਾ ਜਿੰਨਾ ਚਿਰ ਬਿਜਲੀ ਵਾਲੀ ਮੰਗ ਹੈ ਜਿਹੜੀ ਸਰਕਾਰ ਮੰਨਦੀ ਨਹੀਂ, ਅਤੇ ਉਨ੍ਹਾਂ ਚਿਰ ਸਾਡੇ ਅੰਦੋਲਨ ਜਿਹੜਾ ਜਾਰੀ ਰਹੂਗਾ। ਧਰਨਿਆਂ ਦੇ ਰੂਪ ਦੇ ਵਿੱਚ ਜੇ ਕੋਈ ਬਦਲਵਾਂ ਸੱਦਾ ਸੂਬਾ ਕਮੇਟੀ ਵੱਲੋਂ ਆਊਗਾ ਉਹ ਵੀ ਅਸੀਂ ਲਾਗੂ ਕਰਾਂਗੇ। ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ, ਚੈਨਲ 2।